ਅੱਧੇ ਘੰਟੇ ਤੋਂ ਚੋਰ ਬਾਈਕ ਦੀ ਕਰ ਰਿਹਾ ਸੀ ਰੈਕੀ। ਸ਼ੱਕ ਹੋਣ ਤੇ ਬਾਈਕ ਮਾਲਕ ਵੀ ਰੱਖੀ ਬੈਠਾ ਸੀ ਚੋਰ ਤੇ ਨਜ਼ਰ। ਜਿਵੇਂ ਹੀ ਚੋਰ ਨੇ ਬਾਈਕ ਨੂੰ ਲਗਾਈ ਚਾਬੀ, ਮੌਕੇ ਤੇ ਹੀ ਕਰ ਲਿਆ ਕਾਬੂ। ਤਾਂ ਦੱਸ ਦਈਏ ਕਿ ਇੱਕ ਚੋਰ ਦੇ ਵੱਲੋਂ ਇੱਕ ਬਾਈਕ ਤੇ ਕਰੀਬ ਅੱਧਾ ਘੰਟਾ ਤੋਂ ਰੈਕੀ ਰੱਖੀ ਹੋਈ ਸੀ। ਜਿਵੇਂ ਹੀ ਬਾਈਕ ਦੇ ਮਾਲਕ ਨੂੰ ਉਸ ਤੇ ਸ਼ੱਕ ਹੁੰਦਾ ਹੈ ਤਾਂ ਉਹ ਵੀ ਉਸ ਤੇ ਨਜ਼ਰ ਬਣਾਈ ਬੈਠਾ ਸੀ। ਤਾਂ ਜਿਵੇਂ ਹੀ ਚੋਰ ਦੇ ਵੱਲੋਂ ਬਾਈਕ ਤੇ ਚਾਬੀ ਲਗਾਈ ਜਾਂਦੀ ਹੈ ਤਾਂ ਮੌਕੇ ਤੇ ਹੀ ਉਸ ਦੇ ਵੱਲੋਂ ਚੋਰ ਨੂੰ ਫੜ ਲਿਆ ਜਾਂਦਾ ਹੈ ਤੇ ਕਈ ਲੋਕ ਇਕੱਠੇ ਹੋ ਜਾਂਦੇ ਨੇ ਤੇ ਫਿਰ ਜੰਮ ਕੇ ਇਸ ਚੋਰ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਮਾਮਲਾ ਕੈਦ ਹੋਇਆ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਫਿਰ ਪੁਲਿਸ ਨੂੰ ਇਸ ਚੋਰ ਨੂੰ ਹਵਾਲੇ ਕਰ ਦਿੱਤਾ ਜਾਂਦਾ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਤਾਂ ਇਸ ਸੰਬੰਧੀ ਬਾਈਕ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ ਕਿਸੇ ਬੰਦੇ ਤੇ ਸ਼ੱਕ ਹੋਇਆ ਜੋ ਕਿ ਕਰੀਬ 20 ਤੋਂ 25 ਮਿੰਟ ਤੋਂ ਉਸ ਦੀ ਬਾਈਕ ਦੀ ਰੇਕੀ ਕਰ ਰਿਹਾ ਸੀ, ਜਿਸ ਤੋਂ ਬਾਅਦ ਉਹ ਉਸ ਤੇ ਪੂਰੀ ਤਰੀਕੇ ਦੇ ਨਾਲ ਨਜ਼ਰ ਬਣਾਈ ਬੈਠਾ ਸੀ। ਤਾਂ ਜਿਵੇਂ ਹੀ ਉਹ ਉਸ ਦੀ ਬਾਈਕ ਤੇ ਆ ਕੇ ਚਾਬੀ ਲਗਾਉਂਦਾ ਤਾਂ ਮੌਕੇ ਤੇ ਹੀ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਚੰਗੀ ਤਰੀਕੇ ਨਾਲ ਇਸ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਜਦ ਇਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਗੱਡੀ ਤੇ ਆਇਆ ਤੇ ਉਸ ਦੀ ਗੱਡੀ ਹੋਰ ਪਾਸੇ ਖੜੀ ਹੈ। ਤਾਂ ਮੌਕੇ ਤੇ ਲੋਕਾਂ ਦੇ ਵੱਲੋਂ ਫਿਰ ਪੁਲਿਸ ਨੂੰ ਬੁਲਾ ਲਿਆ ਗਿਆ ਤੇ ਇਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਨਾਮ ਕੀ ਤੇਰਾ? ਰਹਿਣਾ ਕਿੱਥੇ? ਸਾਹਮਣੇ ਨੀ ਲਾਈ ਚਾਬੀ। ਰਹਿਣਾ ਨਾਮ ਕੀ ਤੇਰਾ? ਨਾਮ ਕੀ ਆ ਤੇਰਾ? ਇਹਨਾਂ ਨੂੰ ਵੀ ਆਪਾਂ ਕੋਈ ਨਾ ਕੋਈ ਕੰਮ ਦਾ ਮਾਲਕ ਹੈ। ਇਹ ਨਾਮ ਨਾਮ ਕੀ ਤੇਰਾ? ਜ਼ਿੰਦਗੀ ਜਿੰਨੀ ਨਜ਼ਾ ਸੁਧਾ ਸਾਡਾ ਜੇ ਜੀ ਇਦਾਂ ਹੀ ਕਰ ਰਿਹਾ ਭਾਈ। ਸਾਡੇ ਕੋਲ ਸੀਸੀਟੀਵੀ ਫੁਟੇਜ਼ ਹੈਗੇ ਨਾ ਭਾਜੀ? ਇੱਥੇ ਕਿੰਨੇ ਤੋਂ ਪਹਿਲਾਂ ਮੋਟਰਸਾਈਕਲ ਦੀ ਰੇਕੀ ਕਰ ਰਿਹਾ, ਕੋਈ ਸਾਹਮਣੇ ਬੈਠਾ ਕਿ ਜਿੱਧਰ ਬੈਠਾ ਪਹਿਲੇ ਤੇ ਕੋਨੇ ਤੇ ਬੈਠਾ ਇੱਥੇ ਮੋਟਰਸਾਈਕਲ ਲੱਗਾ ਸੋਚ ਕੇ ਦੇਖਿਆ ਕਿ ਜਦੋਂ ਕੋਈ ਰਾਤ ਨਹੀਂ ਆ ਤੇ ਉੱਧਰ ਬੈਠਾ ਫਿਰ ਸਾਹਮਣੇ ਬੈਠਾ ਫਿਰ ਆ ਕੇ ਮੋਟਰਸਾਈਕਲ 'ਤੇ ਬੈਠਾ। ਆਪਾਂ ਇੱਥੋਂ ਆਪਣੇ ਆਫਿਸ ਅੰਦਰੋਂ ਦੇਖ ਰਹੇ ਸੀ, ਇੱਦਾਂ ਨੇ ਮੋਟਰਸਾਈਕਲ ਨੂੰ ਚਾਬੀ ਲਾਈ ਹੈ, ਮੈਂ ਇਹਨੂੰ ਫੜ ਲਿਆ ਤੇ ਉਸ ਤੋਂ ਬਾਅਦ ਕਹਿੰਦਾ ਜੀ ਮੈਂ ਕੀ ਚਿੱਟਾ ਲਾਉਣਾ? ਕੀ ਕਹਿ ਰਿਹਾ ਜੀ? ਕੁੜੀ ਮੇਰੀ ਮਰ ਗਈ ਹੈ ਜੀ, ਮੈਂ ਚਿੱਟਾ ਨਸ਼ੇ ਕਰਦਾ ਜੀ, ਮੈਂ ਇਹਦੇ ਕਰਕੇ ਚੱਕਰ ਲੱਗਿਆ। ਇਹ ਕੀ ਇਹਨੇ ਆਪ ਬਾਈ ਬਾਈਕ ਕਿਹਦੀ ਸੀ ਜਿਹਨੂੰ ਚੱਕਰ? ਬਾਈ ਤਾਂ ਭਾਈ ਸਾਹਿਬ ਆ ਖੜੇ ਆ ਮੈਡੀਕਲ ਵਾਲੇ ਸਰ ਨੂੰ ਵੀ ਮੈਂ ਦੱਸਿਆ ਕਿ ਚੋਰ ਖੜਾ ਝਾੜ ਗਿਆ, ਉਹ ਵੀ ਲੇਕੀ ਕਰਨ ਦੇ ਜੀ, ਉਹਨਾਂ ਨੇ ਵੀ ਦੇਖਿਆ ਕਿ ਖੜਾ ਦੇਖ ਰਿਹਾ ਹੈ ਜਿੱਦਾਂ ਉਹ ਨਾਲੇ ਉਹ ਵੀ ਬਾਹਰ ਆ ਗਿਆ। ਕਈ ਵਾਰ ਪਹਿਲੇ ਵੀ ਪਾਇਆ ਗਿਆ ਕਿ ਪਹਿਲੀ ਵਾਰੀ ਆਇਆ ਸੀ? ਇਹਨੂੰ ਆਪਾਂ ਪਹਿਲੀ ਵਾਰੀ ਫੜਿਆ ਵੀ ਕੋਈ ਸਾਡੇ ਤੋਂ 15-20 ਮੋਟਰਸਾਈਕਲ ਚੱਕੇ ਗਏ ਆਲਰੇਡੀ, ਜਿੱਦਾਂ ਸਾਨੂੰ ਲੱਗਿਆ ਕਿ ਹੈ ਆਪਾਂ ਅੱਧੇ ਘੰਟੇ ਤੋਂ ਅੰਦਰ ਖੜੇ ਹੋ ਕੇ ਦੇਖ ਰਹੇ, ਪੂਰਾ ਸਟਾਫ ਦੇਖ ਰਿਹਾ। ਇਹਦੀ ਕੋਈ ਤੁਸੀਂ ਪਤਾ ਕੀਤਾ ਕਿ ਕਾਰ ਦਾ ਵਗੈਰਾ ਵੀ, ਕੋਈ ਕਾਰ ਵਗੈਰਾ ਵੀ ਹੈ? ਨਾ ਨਾ ਇਹ ਜਿਹੜਾ ਭਾਈ ਹੋਣੀ ਸੀ ਚਾਬੀ ਕੋਈ ਸੀਸੀਟੀਵੀ ਹੈਗੀ ਵਗੈਰਾ? ਸੀਸੀਟੀਵੀ ਆ ਗਿਆ ਸਾਹਮਣੇ ਸਾਰਾ ਸਕੂਲ ਆਏਗਾ ਜੀ, ਸੀਸੀਟੀਵੀ ਕੈਮਰਾ ਸਾਹਮਣੇ ਵੀ ਲੱਗੇ ਸਾਹਮਣੇ ਵੀ ਲੱਗੇ। ਪੁਲਿਸ ਕੰਪਲੀਟ ਕਰ 112 ਦੀ ਕਾਲ ਤੋਂ ਉੱਥੋਂ ਆਏ PCR ਤੋਂ 94 ਥਾਣੇ ਲੈ ਕੇ ਜਾਂਦੇ ਆ, ਬਾਕੀ ਫਿਰ ਪਹਿਲੇ ਵੀ ਭਾਜੀ ਤੁਹਾਡੇ ਵੱਲੋਂ ਵੇਖਿਆ ਗਿਆ ਇਹਨੂੰ ਕਿਤੇ ਕਿਸੇ ਵਾਰਦਾਤ ਤੇ ਲੱਗਦਾ? ਨਿਕਲ ਆਉਣੇ ਭਾਜੀ ਪਹਿਲੇ ਪਰਚੇ ਦੇ ਜਾ ਕੇ ਆਏ ਹੁੰਦਾ, ਮਾਈ ਜੀ ਦੇਖ ਲੈਣੇ ਇਹਦਾ।